ਦੇ ਬੱਸ ਸਟੈਂਡ ਦੇ ਹਾਲਾਤ ਤੁਸੀਂ ਦੇਖ ਸਕਦੇ ਹੋ ਕਿ ਜਿਹੜੇ ਲੋਕ ਨੇ ਉਹ ਬੱਸ ਵਿੱਚ ਬੈਠਣ ਨੂੰ ਕਾਫੀ ਜਦੋਜਹਿਦ ਕਰ ਰਹੇ ਨੇ, ਜਿਸ ਨੂੰ ਲੈ ਕੇ ਸਵਾਰੀਆਂ 'ਚ ਰੋਸ ਵੀ ਵੇਖਣ ਨੂੰ ਮਿਲ ਰਿਹਾ। ਆਪਸ ਦੇ ਵਿੱਚ ਰਾਏ ਕੀਤੀ ਹੈ ਔਰ ਕੋਈ ਵੀ ਮੁਲਾਜ਼ਮ ਜਿਹੜਾ ਇਹ 52 ਸਵਾਰੀਆਂ ਤੋਂ ਜ਼ਿਆਦਾ ਆਪਣੇ ਬੱਸ ਦੇ ਵਿੱਚ ਸਵਾਰੀਆਂ ਨਹੀਂ ਲੈ ਕੇ ਜਾਏਗਾ। PRTC ਅਤੇ ਪਨ ਬੱਸ ਮੁਲਾਜ਼ਮਾਂ ਵੱਲੋਂ ਇੱਕ ਆਦੇਸ਼ ਆਪਣੇ ਵੱਲੋਂ ਜਾਰੀ ਕੀਤੇ ਗਏ ਨੇ। ਐਲਾਨ ਕੀਤਾ ਗਿਆ ਕਿ ਜਿੰਨੇ ਵੀ ਬੱਸ ਦੇ ਵਿੱਚ ਸੀਟਾਂ ਨੇ ਉਨੀਆਂ ਸਵਾਰੀਆਂ ਬੈਠਣਗੀਆਂ। ਪਰ ਲੁਧਿਆਣਾ ਦੇ ਬੱਸ ਸਟੈਂਡ ਦੇ ਹਾਲਾਤ ਤੁਸੀਂ ਦੇਖ ਸਕਦੇ ਹੋ ਕਿ ਜਿਹੜੇ ਲੋਕ ਨੇ ਉਹ ਬੱਸ ਵਿੱਚ ਬੈਠਣ ਨੂੰ ਕਾਫੀ ਜਦੋਜਹਿਦ ਕਰ ਰਹੇ ਨੇ, ਕਿਉਂਕਿ 52 ਸੀਟਰ ਅਗਰ ਬੱਸ ਹੋਏਗੀ ਤਾਂ 52 ਸਵਾਰੀਆਂ ਹੀ ਬੈਠਣਗੀਆਂ। ਇਹ ਕੱਚੇ ਮੁਲਾਜ਼ਮ ਅਤੇ ਪੱਕੇ ਮੁਲਾਜ਼ਮਾਂ ਨੇ, ਇਹ ਆਪਸ ਦੇ ਵਿੱਚ ਰਾਏ ਕੀਤੀ ਹੈ ਔਰ ਕੋਈ ਵੀ ਮੁਲਾਜ਼ਮ ਜਿਹੜਾ ਇਹ 52 ਸਵਾਰੀਆਂ ਤੋਂ ਜ਼ਿਆਦਾ ਆਪਣੇ ਬੱਸ ਦੇ ਵਿੱਚ ਸਵਾਰੀਆਂ ਨਹੀਂ ਲੈ ਕੇ ਜਾਏਗਾ, ਜਿਸ ਨੂੰ ਲੈ ਕੇ ਸਵਾਰੀਆਂ 'ਚ ਰੋਸ ਵੀ ਵੇਖਣ ਨੂੰ ਮਿਲ ਰਿਹਾ। ਪਰ ਜਿਹੜੇ ਬੱਸ ਦੇ ਮੁਲਾਜ਼ਮ ਹੈ, ਚਾਹੇ ਡਰਾਈਵਰ ਹੈ, ਕੰਡਕਟਰ ਹੈ, ਉਹ 52 ਸਵਾਰੀਆਂ ਹੀ ਲੈ ਕੇ ਜਾ ਰਹੇ ਨੇ। ਇਸ ਦੇ ਨਾਲ ਲੋਕਾਂ ਦੇ ਵਿੱਚ ਕਾਫੀ ਰੋਸ ਵੀ ਹੈ, ਕਿਉਂਕਿ ਲੋਕ ਆਖਦੇ ਨੇ ਕਿ ਉਹ ਘਰੇ ਲੇਟ ਪਹੁੰਚਦੇ ਨੇ, ਉਹਨਾਂ ਨੂੰ ਬੱਸ ਨਹੀਂ ਮਿਲਦੀ। ਮੇਰੇ ਨਾਲ ਜਿਹੜੇ ਮੁਲਾਜ਼ਮ ਹੈ ਬੱਸ ਇੱਥੇ ਪਨ ਬੱਸ ਅਤੇ PRTC ਦੇ, ਇਹ ਜਿਹੜੀਆਂ ਬੱਸਾਂ ਨੇ ਸਰਕਾਰੀ, ਇਹਨਾਂ ਬੱਸਾਂ ਦੇ ਵਿੱਚ ਕਿੰਨੇ ਮੁਲਾਜ਼ਮ ਤੁਸੀਂ ਫਿਕਸ ਕਰ ਦਿੱਤੇ ਨੇ ਕਿ ਇੰਨੇ ਜਾਣਗੇ? ਇਹਦੇ ਵਿੱਚ ਜੇ ਆਪਣੇ 48 ਸੀਟਰ ਗੱਡੀਆਂ ਤਾਂ 48 ਸਵਾਰੀ ਜਾਣਗੇ ਜੀ। ਜੇ ਉਦੋਂ ਵੱਧ ਚੜਾਉਣੇ ਤਾਂ ਮੰਨ ਲਓ ਸਾਡੀ ਯੂਨੀਅਨ ਨੇ ਏਕਾ ਕਰਕੇ ਸਬੂਤ ਦਿੱਤਾ ਵੀ ਆਪਾਂ ਜਿੰਨਾ ਸਰਕਾਰ ਦੁਆਰਾ ਜਾਂ RTO ਦੁਆਰਾ ਸੀਟਾਂ ਦੀ ਮੰਨ ਲਓ ਲਿਮਿਟ ਹੁੰਦੀ 19 ਸਵਾਰੀਆਂ ਚੜਾਉਣੇ ਬਾਅਦ। ਤੁਸੀਂ ਕਿਉਂ ਸੋਚਿਆ ਵੀ 52 ਸਰ 52 ਸੀਟਰ ਗੱਡੀ ਹੈ, ਇਹਨਾਂ ਵਿੱਚ 120 ਵੀ ਪਲੱਸ ਸਵਾਰੀਆਂ ਹੋ ਜਾਂਦੇ ਨੇ। ਕਿਸੇ ਮੰਨ ਲਓ ਲੇਡੀਜ਼ ਨਾਲ ਕੋਈ ਗੱਲਬਾਤ ਹੁੰਦੀ ਆ ਜਾਂ ਕੋਈ ਗੱਡੀ ਦਾ ਐਕਸੀਡੈਂਟ ਹੁੰਦਾ, ਉਹ ਸਾਰੀ ਜ਼ਿੰਮੇਵਾਰੀ ਡਰਾਈਵਰ ਕੰਡਕਟਰ ਤੇ ਆ ਜਾਂਦੀ ਆ। ਤੇ ਕਹਿੰਦੇ ਜਿਵੇਂ ਕਹਿੰਦੇ ਹੁੰਦੇ ਵੀ ਮਜ਼ੇ ਲੈਣ ਨੂੰ ਬਾਂਦਰੀ ਡੰਡੇ ਖਾਣ ਨੂੰ ਰਿੱਸਾ, ਕੰਮ ਕਰਨ ਨੂੰ ਤਾਂ PRTC ਦੇ ਕੱਚੇ ਮੁਲਾਜ਼ਮ ਨੇ ਤੇ ਹਰ ਸਰਕਾਰਾਂ ਫੋਕੀ ਵਾਹਵਾ ਕੱਢਦੀਆਂ ਨੇ। ਸੋ ਇਹ ਮੁਲਾਜ਼ਮਾਂ ਦਾ ਆਖਣਾ, ਕਿਉਂਕਿ ਹਿੱਟ ਐਂਡ ਰਨ ਮਾਮਲੇ ਨੂੰ ਲੈ ਕੇ ਵੀ ਇਹ ਰੋਸ ਵੇਖਣ ਨੂੰ ਮਿਲ ਰਿਹਾ ਡਰਾਈਵਰਾਂ ਤੇ ਕੰਡਕਟਰਾਂ ਦੇ ਵਿੱਚ। ਔਰ ਆਉਣ ਵਾਲੇ ਦਿਨਾਂ ਦੇ ਵਿੱਚ ਅਗਰ ਇਹੋ ਜਿਹੀ ਤਸਵੀਰ ਹੋਵੇਗੀ ਤਾਂ ਲੋਕਾਂ ਨੂੰ ਕਾਫੀ ਪਰੇਸ਼ਾਨੀਆਂ ਹੋਣਗੀਆਂ। ਕੈਮਰਾਮੈਨ ਗੁਰਦੇਵ ਦੇ ਨਾਲ ਨਵੀਨ ਸ਼ਰਮਾ, PTC ਨਿਊਜ਼, ਲੁਧਿਆਣਾ।